ਗਿਆਨ ਕੇ ਨਗਰੀ ਚੈਨਲ ਵਿੱਚ ਸਵਾਗਤ ਹੈ ਸਭ ਦੋਸਤਾਂ ਦਾ। ਤੋ ਆਓ ਦੋਸਤੋ, ਅੱਜ ਇੱਕ ਫਿਰ ਨਵੀਂ ਗਿਆਨ ਦੀ ਗੱਲ ਆਪ ਦੇ ਨਾਲ ਸਾਂਝੀ ਕਰੀਏ। ਅੱਜ ਦੀ ਜੋ ਗਿਆਨ ਦੀ ਗੱਲ ਆਪ ਜੀ ਦੇ ਨਾਲ ਸਾਂਝੀ ਕਰਨੀ ਹੈ, ਇਸ ਦੇ ਵਿੱਚ ਆਪ ਦੇ ਨਾਲ ਕੀ ਸਾਂਝਾ ਕਰਨਾ ਹੈ ਕਿ ਇਬਾਦਤ ਵਿੱਚ ਜਦੋਂ ਅਸੀਂ ਹੈਗੇ ਹਾਂ, ਰੰਗ ਦੇ ਵਿੱਚ ਹਾਂ, ਇਬਾਦਤ ਵਿੱਚ ਹਾਂ, ਤਾਂ ਸਾਨੂੰ ਤਿੰਨ ਗੱਲਾਂ ਦੇ ਉੱਤੇ ਵਿਸ਼ਵਾਸ ਕਰਨਾ ਚਾਹੀਦਾ। ਇਬਾਦਤ ਕਰਨ ਵਾਲੇ ਤਿੰਨ ਗੱਲਾਂ ਦੇ ਉੱਤੇ ਯਕੀਨ ਕਰਦੇ ਨੇ, ਉਹ ਕਿਹੜੀਆਂ ਤਿੰਨ ਗੱਲਾਂ ਨੇ, ਉਹਨਾਂ ਨੂੰ ਅੱਜ ਦੇ ਇਸ ਪੈਗਾਮ ਦੇ ਵਿੱਚ ਆਪ ਜੀ ਦੇ ਨਾਲ ਥੋੜ੍ਹਾ ਐਕਸਪਲੇਨ ਕਰਾਂਗੇ, ਸਾਂਝਾ ਕਰਾਂਗੇ, ਅਤੇ ਆਸ ਕਰਾਂਗਾ ਕੁਝ ਸਿੱਖਣ ਨੂੰ ਮਿਲੇਗਾ, ਕਿਉਂਕਿ ਆਪ ਉਹ ਰੱਬੀ ਰੂਹਾਂ ਉਹ ਜਿਨ੍ਹਾਂ ਦਾ ਇਸ਼ਕ ਸਰਕਾਰਾਂ ਦੇ ਨਾਲ, ਪੀਰਾਂ ਫਕੀਰਾਂ ਦੇ ਨਾਲ ਹੈ, ਇਬਾਦਤ ਵਿੱਚ ਰਹਿੰਦੇ ਹੋ, ਰੰਗ ਦੇ ਵਿੱਚ ਰਹਿੰਦੇ ਹੋ, ਮਾਲਕ ਦੇ ਘਰ ਦੇ ਵਿੱਚ ਦੁਆਵਾਂ ਬੇਨਤੀਆਂ ਫਰਿਆਦਾਂ ਭੇਜਣ ਵਾਲੇ ਆਪ ਹੋ, ਦਰੂਦ ਭੇਜਣ ਵਾਲੇ ਹੋ, ਤੋ ਇਸ਼ਕ ਦੇ ਨਾਲ ਰੰਗੀਆਂ ਰੂਹਾਂ ਕੁਝ ਨੇ। ਅਤੇ ਇਹ ਪੈਗਾਮ ਦੇ ਵਿੱਚੋਂ ਆਪਾਂ ਨੂੰ ਗੱਲ ਮਿਲਣੀ ਹੈ ਕਿ ਫਕੀਰ ਜਿਹੜਾ ਬੰਦਗੀ ਕਰਦਾ ਅਤੇ ਤਿੰਨ ਗੱਲਾਂ 'ਤੇ ਯਕੀਨ ਕਰੇ ਅਤੇ ਉਹ ਕਾਮਲ ਹੋ ਜਾਂਦਾ। ਕਿਹੜੀਆਂ ਤਿੰਨ ਗੱਲਾਂ ਉਹਨਾਂ ਦੇ ਬਾਰੇ ਅੱਜ ਦੇ ਪੈਗਾਮ ਵਿੱਚ ਗੱਲ ਕਰੀਏ। ਆਓ ਅੱਜ ਦੇ ਪੈਗਾਮ ਸ਼ੁਰੂ ਕਰੀਏ ਉਸ ਖੁਦਾ ਦੇ ਨਾਂ 'ਤੇ ਜੋ ਹਰ ਇੱਕ 'ਤੇ ਮਿਹਰਬਾਨ ਔਰ ਨਿਗਹਿਬਾਨ ਹੈ। ਤੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਗੁਜ਼ਾਰਿਸ਼ ਹੈ ਕਿ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ, ਚੰਗਾ ਲੱਗੇ ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰਨਾ ਜੀ। ਆਓ ਅੱਜ ਦਾ ਪੈਗਾਮ ਸ਼ੁਰੂ ਕਰੀਏ। ਸਭ ਤੋਂ ਪਹਿਲੀ ਗੱਲ ਇਹ ਹੈ ਕਿ ਜਦੋਂ ਕੋਈ ਮੁਰੀਦ ਬੰਦਗੀ 'ਤੇ ਬੈਠਦਾ, ਰੱਬ ਦੀ ਇਬਾਦਤ ਕਰਦਾ, ਜ਼ਰਬਾ ਲਾਉਂਦਾ, ਇਸ਼ਕ ਦੇ ਵਿੱਚ ਬਹਿ ਕੇ ਹੱਕ ਸੱਚ ਦੀ ਬੰਦਗੀ ਕਰਦਾ, ਜਦੋਂ ਕੋਈ ਇਨਸਾਨ ਹੱਕ ਸੱਚ ਦੀ ਬੰਦਗੀ ਕਰਦਾ ਤਾਂ ਉਸਨੂੰ ਇਹ ਯਕੀਨ, ਇਹ ਵਿਸ਼ਵਾਸ ਰੱਖਣਾ ਚਾਹੀਦਾ ਕਿ ਜਿਸ ਖੁਦਾ ਦੀ, ਜਿਸ ਰੱਬ ਦੀ ਮੈਂ ਬੰਦਗੀ ਕਰ ਰਿਹਾ, ਉਹ ਸੱਚਮੁੱਚ ਹੈ, ਉਹ ਮੈਨੂੰ ਦੇਖ ਰਿਹਾ ਹੈ, ਉਹ ਸੱਚਮੁੱਚ ਹੈ, ਮੇਰੀ ਬੰਦਗੀ ਕਬੂਲ ਕਰੇਗਾ ਅਤੇ ਮੇਰੇ 'ਤੇ ਰਹਿਮਤ ਕਰੇਗਾ। ਤੋ ਜਦੋਂ ਇਹ ਸਾਡਾ ਯਕੀਨ ਪੱਕਾ ਹੋ ਗਿਆ ਕਿ ਜਿਹੜੀ ਚੀਜ਼ ਲਈ ਅਸੀਂ ਬੈਠੇ ਹਾਂ, ਜੋ ਚੀਜ਼ ਅਸੀਂ ਕਰ ਰਹੇ ਹਾਂ, ਉਹ ਵਾਕਿਆ ਹੀ ਹੈ, ਅਸੀਂ ਹਵਾ ਦੇ ਵਿੱਚ ਨਹੀਂ ਕੋਈ ਗੱਲ ਕਰ ਰਹੇ, ਅਸੀਂ ਜਿਸ ਨੂੰ ਸੰਦੇਸ਼ ਭੇਜ ਰਹੇ ਹਾਂ, ਅਸੀਂ ਜਿਸ ਦੇ ਉੱਪਰ ਹਦੀਆ ਭੇਜ ਰਹੇ ਹਾਂ, ਅਸੀਂ ਜਿਸ ਨੂੰ ਦਰੂਦ ਭੇਜ ਰਹੇ ਹਾਂ, ਉਹ ਵਾਕਿਆ ਹੀ ਸਾਡੇ ਦਰੂਦ ਸੁਣਦਾ ਹੈ ਅਤੇ ਉਹ ਸਾਡੀਆਂ ਇਹਨਾਂ ਦੁਆਵਾਂ ਬੇਨਤੀਆਂ ਫਰਿਆਦਾਂ ਨੂੰ ਸੁਣਦਾ ਹੈ, ਕਬੂਲ ਕਰਦਾ ਹੈ, ਉਹਨਾਂ ਦੇ ਰਿਜ਼ਲਟ ਸਾਡੇ ਤੱਕ ਭੇਜਦਾ ਹੈ। ਜੋ ਸ਼ੈ ਅਸੀਂ ਮੰਗਦੇ ਹਾਂ, ਜਿਸ ਤਰ੍ਹਾਂ ਮੰਗਦੇ ਹਾਂ, ਜਿਸ ਰੰਗ ਵਿੱਚ, ਢੰਗ ਵਿੱਚ ਅਸੀਂ ਮੰਗਦੇ ਹਾਂ, ਉਹ ਸਾਨੂੰ ਦਿੰਦਾ ਹੈ, ਕਬੂਲ ਕਰਦਾ ਹੈ। ਇਹ ਯਕੀਨ ਰੱਖਣਾ ਪਹਿਲੀ ਗੱਲ ਹੁੰਦੀ ਹੈ ਸਾਧਕ ਦੀ। ਸਾਧਕ ਉਹ ਜਿਹੜਾ ਸਾਧਨਾ ਕਰਦਾ, ਜਿਹੜਾ ਇਸ਼ਕ ਦੇ ਵਿੱਚ ਰਹਿ ਕੇ ਬੰਦਗੀ ਕਰਦਾ। ਦੂਜੇ ਨੰਬਰ 'ਤੇ ਗੱਲ ਕੀ ਹੁੰਦੀ ਹੈ ਕਿ ਇੱਕ ਯਕੀਨ ਇਹ ਪੱਕਾ ਕਰਨਾ ਹੁੰਦਾ ਕਿ ਜਿਸ ਰੱਬ ਦੀ ਮੈਂ ਬੰਦਗੀ ਕਰ ਰਿਹਾ ਹਾਂ, ਉਹ ਹਰ ਪਲ ਮੈਨੂੰ ਦੇਖ ਰਿਹਾ ਹੈ। ਇਹ ਯਕੀਨ ਪੱਕਾ ਕਰਨ ਦੇ ਨਾਲ ਸਾਨੂੰ ਕੀ ਮਿਲਦਾ ਕਿ ਅਸੀਂ ਗੁਨਾਹਾਂ ਤੋਂ ਬਚ ਜਾਂਦੇ ਹਾਂ, ਪਾਕ ਹੋ ਜਾਂਦੇ ਹਾਂ, ਕਿ ਜਿਹੜਾ ਰੱਬ ਸਾਡਾ, ਜਿਸ ਦੀ ਅਸੀਂ ਬੰਦਗੀ ਕਰ ਰਹੇ ਹਾਂ, ਹਰ ਪਲ ਸਾਨੂੰ ਦੇਖ ਰਿਹਾ, ਹਰ ਥਾਂ ਦੇਖ ਰਿਹਾ। ਜਦੋਂ ਇਨਸਾਨ ਕੋਈ ਗੁਨਾਹ ਕਰਨ ਲੱਗਦਾ, ਕੋਈ ਗਲਤੀ ਕਰਨ ਲੱਗਦਾ, ਤਾਂ ਉਸਨੂੰ ਯਾਦ ਆਉਂਦਾ ਕਿ ਮੇਰਾ ਰੱਬ, ਮੇਰਾ ਮਾਲਿਕ, ਮੇਰਾ ਖੁਦਾ ਮੈਨੂੰ ਦੇਖ ਰਿਹਾ ਹੈ, ਉਹ ਮੇਰੇ 'ਤੇ ਨਿਗਾਹ ਰੱਖੀ ਹੋਈ ਹੈ। ਚੋਰੀ ਦਾ ਖਿਆਲ ਆਵੇ ਤਾਂ ਵੀ ਯਾਦ ਆਉਂਦੀ ਹੈ ਕਿ ਦੇਖ ਰਿਹਾ ਹੈ, ਨਿਗਾਹ ਨਪਾਕ ਹੋਣ ਲੱਗੀ ਹੋਵੇ ਤਾਂ ਵੀ ਖਿਆਲ ਆਉਂਦਾ, ਦਿਲ ਦੇ ਵਿੱਚ ਮਾੜਾ ਖਿਆਲ ਆਵੇ ਤਾਂ ਵੀ ਖਿਆਲ ਆਉਂਦਾ ਕਿ ਮਾਲਿਕ ਮੈਨੂੰ ਦੇਖ ਰਿਹਾ ਹੈ। ਅਸੀਂ ਕਿਤੇ ਇਕਾਂਤ ਵਿੱਚ ਹਾਂ, ਕਿਉਂਕਿ ਸਭ ਤੋਂ ਜ਼ਿਆਦਾ ਇਨਸਾਨ ਗੁਨਾਹ ਇਕਾਂਤ ਵਿੱਚ ਕਰਦਾ, ਜਦੋਂ ਇਕੱਲਾ ਹੋਵੇ, ਉਸ ਵਕਤ ਵਿੱਚ ਸਾਨੂੰ ਯਾਦ ਆਉਂਦਾ ਕਿ ਅੱਜ ਮੈਂ ਇਕੱਲਾ ਇਕਾਂਤ ਵਿੱਚ ਹਾਂ, ਪਰ ਮੇਰਾ ਮੁਰਸ਼ਿਦ, ਮੇਰਾ ਪੀਰ, ਮੇਰਾ ਖੁਦਾ ਮੈਨੂੰ ਦੇਖ ਰਿਹਾ ਹੈ, ਤਾਂ ਜੋ ਮੈਂ ਪਾਕ ਰਵਾਂ ਆਪਣੇ ਖਿਆਲਾਂ 'ਤੇ, ਆਪਣੀ ਜ਼ੁਬਾਨ 'ਤੇ, ਅਤੇ ਆਪਣੀਆਂ ਅੱਖਾਂ 'ਤੇ, ਆਪਣੇ ਦਿਲ 'ਤੇ ਬੰਦਿਸ਼ ਲਾ ਕੇ ਰੱਖਾਂ, ਕੰਟਰੋਲ ਕਰਕੇ ਰੱਖਾਂ। ਤੋ ਇਹ ਯਕੀਨ ਕਰਨਾ ਕਿ ਮੇਰਾ ਮਾਲਿਕ ਪਲ ਪਲ ਮੈਨੂੰ ਦੇਖ ਰਿਹਾ, ਹਰ ਪਲ ਮੈਨੂੰ ਦੇਖ ਰਿਹਾ।
ਤੋ ਤੀਜੇ ਨੰਬਰ ਦੀ ਗੱਲ ਆਪਾਂ ਇੱਕ ਯਾਦ ਕਰਨੀ ਹੁੰਦੀ ਹੈ, ਰੱਖਣੀ ਹੁੰਦੀ ਹੈ ਕਿ ਇੱਕ ਯਕੀਨ ਕਰਨਾ ਹੁੰਦਾ ਆਪਣੇ ਮਾਲਿਕ 'ਤੇ ਕਿ ਜਿਸ ਮਾਲਿਕ ਦੀ ਮੈਂ ਬੰਦਗੀ ਕਰ ਰਿਹਾ ਹਾਂ ਉਹ ਮਾਲਿਕ, ਉਹ ਮੇਰਾ ਖੁਦਾ ਮੇਰੇ ਧਿਆਨ ਨੂੰ ਟਿਕਾਏਗਾ ਅਤੇ ਮੈਨੂੰ ਮੱਤ ਬਖਸ਼ੇਗਾ। ਜਦੋਂ ਆਪਾਂ ਇਹ ਚੀਜ਼ ਨੂੰ ਪੱਕਾ ਕਰਦੇ ਹਾਂ ਕਿ ਮੇਰਾ ਮਾਲਿਕ ਮੇਰੇ ਧਿਆਨ ਨੂੰ ਟਿਕਾਏਗਾ, ਮੈਂ ਯਕੀਨ ਰੱਖ ਕੇ ਮੈਂ ਸਿਦਕ ਦੇ ਨਾਲ, ਮੈਂ ਇਸ਼ਕ ਦੇ ਨਾਲ ਬੰਦਗੀ ਕਰ ਰਿਹਾ ਕਿ ਮੇਰਾ ਮਾਲਿਕ ਮੇਰਾ ਧਿਆਨ ਟਿਕਾਏਗਾ, ਮੈਨੂੰ ਮੱਤ ਦੇਗਾ, ਮੈਨੂੰ ਅੱਗੇ ਚੱਲਣ ਦਾ ਤਰੀਕਾ ਦੱਸੇਗਾ ਅਤੇ ਮੇਰੇ 'ਤੇ ਰਹਿਮਤ ਕਰੇਗਾ, ਕਰਮ ਕਰੇਗਾ, ਮੇਰੀ ਦੁਆ ਕਬੂਲ ਕਰੇਗਾ। ਇਹ ਮੱਤ ਜਿਹੜੀ ਸਾਡੀ, ਜਦੋਂ ਸਾਡਾ ਯਕੀਨ ਇਹ ਪੱਕਾ ਹੋ ਗਿਆ ਫਿਰ ਸਾਨੂੰ ਮਾਲਕ ਦੇ ਘਰ ਦੇ ਵਿੱਚੋਂ ਮੱਤ ਮਿਲਦੀ ਹੈ। ਜਿਹਨੂੰ ਮੱਤ ਮਿਲਦੀ ਹੈ ਉਹਨੂੰ ਅਕਲ ਆਪਾਂ ਕਹਿੰਦੇ ਹਾਂ ਕਿ ਉਹ ਹੀ ਅੱਗੇ ਪਾਸ ਹੁੰਦਾ। ਇਸ ਕਰਕੇ ਮੱਤ ਜਿਹੜੀ ਹੈ ਉਹ ਆਉਣੀ ਜ਼ਰੂਰੀ ਹੈ। ਮੱਤ ਆ ਗਈ ਸਾਡਾ ਯਕੀਨ ਪੱਕਾ ਹੋਵੇਗਾ, ਮੱਤ ਆ ਗਈ ਸਾਡਾ ਇਸ਼ਕ ਪੱਕਾ ਹੋਵੇਗਾ, ਮੱਤ ਆ ਗਈ ਸਾਨੂੰ ਦੁਨੀਆਦਾਰੀ ਦੇ ਲੋਕਾਂ ਦੀ ਪਰਖ ਆਵੇਗੀ ਕਿਹੜਾ ਸਹੀ ਹੈ ਕਿਹੜਾ ਗਲਤ ਹੈ। ਸਾਨੂੰ ਚੰਗਾ ਇਹ ਲੱਗੇਗਾ ਕਿ ਕਿਹੜਾ ਸਾਡੇ ਹੱਕ ਵਿੱਚ ਹੈ ਕਿਹੜਾ ਸਾਡੇ ਹੱਕ ਵਿੱਚ ਨਹੀਂ ਹੈ, ਅਸੀਂ ਉਸਦੀ ਪਰਖ ਕਰ ਸਕਦੇ ਹਾਂ। ਸਾਨੂੰ ਮੱਤ ਆਉਂਦੀ ਹੈ ਜਦੋਂ ਰੱਬ ਦੇ ਘਰ 'ਚੋਂ ਫੈਜ਼ ਮਿਲਦਾ ਤਾਂ ਸਾਨੂੰ ਇਨਸਾਨ ਨੂੰ ਬਹੁਤ ਤਰ੍ਹਾਂ ਦੀ ਮੱਤ ਆਉਂਦੀ ਹੈ, ਚੰਗੇ ਮਾੜੇ ਦੀ ਪਛਾਣਨ ਦੀ ਮੱਤ ਆਉਂਦੀ ਹੈ, ਜੋ ਸਾਡੇ ਲਈ ਚੰਗਾ ਹੈ ਜੋ ਸਾਡੇ ਲਈ ਮਾੜਾ ਹੈ ਉਹਦੀ ਆਪਾਂ ਨੂੰ, ਸਾਨੂੰ ਮੱਤ ਆ ਜਾਂਦੀ ਹੈ ਮਾਲਕ ਦੇ ਘਰ ਦੇ ਵਿੱਚੋਂ ਜਦੋਂ ਫੈਜ਼ ਮਿਲਦਾ। ਜਦੋਂ ਮਾਲਕ ਦੇ ਘਰ ਦੇ ਵਿੱਚੋਂ ਫੈਜ਼ ਮਿਲਦਾ ਤਾਂ ਸਾਨੂੰ ਪਤਾ ਲੱਗ ਜਾਂਦਾ ਕਿ ਸਾਡਾ ਜਿਹੜਾ ਸਮਾਂ ਆ ਇਹ ਸਾਡੇ ਹੱਕ ਵਿੱਚ ਹੈ ਜਾਂ ਸਾਡੇ ਹੱਕ ਵਿੱਚ ਨਹੀਂ ਹੈ। ਚੰਗੀ ਮਾੜੀ ਚੀਜ਼ ਖਰੀਦਣ ਦੀ ਮੱਤ ਆ ਜਾਂਦੀ ਹੈ, ਸਾਨੂੰ ਪਰਖ ਕਰਨ ਦੀ ਜਿਹੜੀ ਇੱਕ ਮੱਤ ਆ ਜਾਂਦੀ ਹੈ ਕਿ ਆਪਾਂ ਕੋਈ ਆਪਣੇ ਲਈ ਚੀਜ਼ ਲੈਣੀ ਹੈ ਅਤੇ ਅਸੀਂ ਕਿੱਦਾਂ ਪਰਖੀਏ ਵੀ ਚੀਜ਼ ਸਾਨੂੰ ਫਾਇਦਾ ਕਰੇਗੀ ਜਾਂ ਨੁਕਸਾਨ ਕਰੇਗੀ। ਇਹ ਮੱਤ ਆਉਂਦੀ ਉਦੋਂ ਜਦੋਂ ਅੱਲਾ ਪਾਕ ਦੀ, ਉਸ ਮਾਲਕ ਦੀ, ਖੁਦਾਬੰਦ ਕਰੀਮ ਦੀ ਰਹਿਮਤ ਆਉਂਦੀ ਹੈ। ਫਿਰ ਸਾਡਾ ਜਿਹੜਾ ਮਨ ਹੈ ਉਹ ਟਿਕਦਾ, ਮਨ ਨੂੰ ਟਿਕਾਉਣਾ ਬਹੁਤ ਔਖੀ ਗੱਲ ਹੈ। ਕਹਿੰਦੇ ਨੇ ਕਿ ਗਰੁੜ ਇੱਕ ਪੰਛੀ ਹੈ ਅਤੇ ਉਹ ਬਹੁਤ ਹੀ ਤੇਜ਼ ਹੈ, ਸਭ ਤੋਂ ਤੇਜ਼ ਹੈ, ਪਰ ਸਾਡਾ ਜਿਹੜਾ ਮਨ ਹੈ ਉਸ ਤੋਂ ਵੀ ਤੇਜ਼ ਹੈ। ਮਨ ਨੂੰ ਕਾਬੂ ਕਰਨਾ, ਇਸ ਖੁੱਲ੍ਹੇ ਪੰਛੀ ਨੂੰ, ਇਸ ਖੁੱਲ੍ਹੇ ਘੋੜੇ ਨੂੰ ਕਹਿ ਲਓ ਕਿ ਲੰਗਾਮ ਪਾਉਣੀ ਕਿਸੇ ਦੇ ਵੱਸ ਦੀ ਗੱਲ ਨਹੀਂ ਸਿਵਾਏ ਆਪਣੇ ਮੁਰਸ਼ਦ ਤੋਂ ਔਰ ਖੁਦਾਬੰਦ ਕਰੀਮ ਤੋਂ। ਰੱਬੇ ਕਰੀਮ ਚਾਹਵੇ ਤਾਂ ਇਹਨੂੰ ਟਿਕਾਵੇ, ਖੁਦਾਬੰਦ ਕਰੀਮ ਚਾਹਵੇ ਤਾਂ ਇਹਨੂੰ ਨੱਥ ਪਾਵੇ, ਮੁਰਸ਼ਦ ਪਾਕ ਜੇ ਕਹਿਣ ਚਾਹੁਣ ਤਾਂ ਉਹ ਇਸ ਮਨ ਨੂੰ ਟਿਕਾਇਆ ਜਾ ਸਕਦਾ। ਜੇ ਕਹੀਏ ਕਿ ਤੁਹਾਡੇ ਜਾਂ ਸਾਡੇ ਵੱਸ ਦੀ ਗੱਲ ਹੈ ਕਿ ਅਸੀਂ ਚਾਰ ਦਿਨ ਯੋਗਾ ਕਰ ਲਈਏ, ਚਾਰ ਦਿਨ ਪ੍ਰਾਣਾਯਾਮ ਕਰ ਲਈਏ ਅਤੇ ਕੁਝ ਦਿਨ ਆਪਾਂ ਬਹਿ ਕੇ ਬੰਦਗੀ ਕਰ ਲਈਏ ਅਤੇ ਟਿਕ ਜਾਵੇਗਾ, ਇੱਦਾਂ ਨਹੀਂ ਹੋ ਸਕਦਾ। ਇਹਨੂੰ ਟਿਕਾਉਣਾ ਆਪਣੇ ਆਪ ਨੂੰ ਮਾਰਨਾ, ਮਨ ਦੀ ਦੌੜ ਨੂੰ ਰੋਕਣਾ ਬੜੀ ਔਖੀ ਗੱਲ ਹੈ। ਕਹਿੰਦੇ ਨੇ ਕਿ ਜਿਹਨੇ ਮਨ ਜਿੱਤਿਆ ਉਹਨੇ ਜੱਗ ਜਿੱਤ ਲਿਆ, ਮਨ ਜਿੱਤੇ ਨਹੀਂ ਹੁੰਦਾ, ਮਨ ਜਿਹੜਾ ਇਹ ਸਾਨੂੰ ਮਿੰਟ ਦੇ ਵਿੱਚ ਭਟਕਾ ਦਿੰਦਾ। ਸੋ ਇਸ ਕਰਕੇ ਇਹ ਚੀਜ਼ ਤੋਂ ਆਪਾਂ ਜਿਹੜੀਆਂ ਤਿੰਨ ਗੱਲਾਂ ਕੀਤੀਆਂ ਇਹਨਾਂ ਦੇ ਵਿੱਚ ਜੇ ਆਪਾਂ ਆਪਣੇ ਆਪ ਨੂੰ ਪੱਕਾ ਕਰੀਏ ਤਾਂ ਸਾਨੂੰ ਬਹੁਤ ਫੈਜ਼ ਮਿਲੇਗਾ, ਦਾਤਾ ਸੱਚ ਦੇ ਕਰਮ ਕਰੇਗਾ, ਨਜ਼ਰੇ ਕਰਮ ਕਰੇਗਾ, ਰਹਿਮਤਾਂ ਦੇ ਨਾਲ ਸਾਨੂੰ ਨਿਵਾਜੇਗਾ। ਆਪਣੇ ਆਪ 'ਤੇ ਕੰਮ ਕਰਨ ਦੀ ਲੋੜ ਹੁੰਦੀ ਹੈ ਦੂਜੇ ਇਨਸਾਨ 'ਤੇ ਕੰਮ ਕਰਨ। ਆਪਾਂ ਕੀ ਕਰਦੇ ਹਾਂ ਕਿ ਅਸੀਂ ਦੂਜੇ ਦੇ ਇਨਸਾਨ 'ਤੇ ਕੰਮ ਕਰਕੇ ਉਹ ਇੱਦਾਂ ਕਰਦਾ, ਉਹਨੂੰ ਇੱਦਾਂ ਕਰਨਾ ਚਾਹੀਦਾ, ਆਹ ਇੱਦਾਂ ਹੋਣੀ ਚਾਹੀਦੀ, ਇਹ ਮੇਰੇ ਨਾਲ ਇੱਦਾਂ ਕਰਦਾ। ਦੂਜੇ ਇਨਸਾਨ 'ਤੇ ਅਸੀਂ ਕੰਮ ਜ਼ਿਆਦਾ ਕਰਦੇ, ਅਸੀਂ ਆਪਣੇ ਆਪ 'ਤੇ ਕੰਮ ਨਹੀਂ ਕਰਦੇ। ਆਪਾਂ ਅਸੀਂ ਦੇਖਣਾ ਕਿ ਮੈਂ ਕੀ ਕਰਦਾ, ਮੈਂ ਬੰਦਗੀ ਕਿੰਨੀ ਕਰਦਾ, ਮੈਂ ਕਿਸੇ ਦਾ ਹੱਕ ਮਾਰਦਾ, ਮੈਂ ਕਿਸੇ ਨੂੰ ਤਕਲੀਫ ਦਿੰਦਾ, ਮੇਰੇ ਕਰਕੇ ਕਿਸੇ ਨੂੰ ਕੋਈ ਤਕਲੀਫ ਆਉਂਦੀ ਹੈ ਜਾਂ ਮੇਰੇ ਕਰਕੇ ਕੋਈ ਪਰੇਸ਼ਾਨ ਹੈ, ਇਹ ਚੀਜ਼ਾਂ ਤੋਂ ਬਚਣਾ। ਕੋਸ਼ਿਸ਼ ਕਰੀ ਦਿੰਦੀ ਹੈ ਕਿ ਕੋਈ ਵੀ ਇਨਸਾਨ ਉੱਠ ਕੇ ਤੁਹਾਡੇ ਵਿਰੁੱਧ ਅੱਲਾ ਪਾਕ ਦੀ ਕਚਹਿਰੀ ਦੇ ਵਿੱਚ ਕਿਤੇ ਕੋਈ ਦੁਆ ਨਾ ਕਰ ਦੇਵੇ ਕਿ ਮਾਲਿਕ ਇਹ ਇਨਸਾਨ ਮੈਨੂੰ ਤੰਗ ਕਰ ਰਿਹਾ। ਜੇ ਕਿਤੇ ਉਹ ਦੁਆ ਹੋ ਗਈ ਤਾਂ ਉਹਦਾ ਨੁਕਸਾਨ ਬਹੁਤ ਵੱਡਾ ਹੁੰਦਾ। ਕੋਈ ਦੁਖੀ ਹੋ ਕੇ ਹੀ ਰੱਬ ਦੀ ਕਚਹਿਰੀ ਵਿੱਚ ਕਿਸੇ ਦੇ ਵਿਰੁੱਧ ਫਰਿਆਦ ਕਰਦਾ ਕਿ ਆਹ ਇਨਸਾਨ ਮੈਨੂੰ ਤੰਗ ਕਰ ਰਿਹਾ, ਇਹ ਤੋਂ ਮੈਨੂੰ ਬਚਾਓ। ਇਸ ਗੱਲੋਂ ਬਚੀਦਾ ਹੁੰਦਾ ਕਿ ਸਾਡੇ ਹੱਕ ਦੇ ਵਿੱਚ ਕੋਈ ਦੁਆ ਕਰ ਦੇਵੇ ਸਾਨੂੰ ਫਾਇਦਾ,
ਪਰ ਸਾਡੇ ਵਿਰੁੱਧ ਨਾ ਕੋਈ ਦੁਆ ਕਰ ਦੇਵੇ। ਜੇ ਹੱਕ ਦੇ ਵਿੱਚ ਕੀਤੀ ਦੁਆ ਕਬੂਲ ਹੁੰਦੀ ਹੈ ਤਾਂ ਯਾਦ ਰੱਖਣਾ ਵਿਰੁੱਧ ਕੀਤੀ ਦੁਆ ਵੀ ਕਬੂਲ ਹੋ ਜਾਂਦੀ ਹੈ। ਤੋ ਇਸ ਕਰਕੇ ਆਪਾਂ ਜਿਹੜੀ ਹੈ ਇਸ ਗੱਲ ਤੋਂ ਬਚਣੀ, ਵਿਰੁੱਧ ਦੁਆ ਕੋਈ ਉਦੋਂ ਕਰਦਾ ਜਦੋਂ ਕੋਈ ਸਭ ਤੋਂ ਜ਼ਿਆਦਾ ਦੁਖੀ ਹੁੰਦਾ, ਜਦੋਂ ਕਿਸੇ ਕਿਸੇ ਨੂੰ ਜ਼ਿਆਦਾ ਟਾਈਟ ਕਰਦੇ ਹਾਂ, ਜਦੋਂ ਅਸੀਂ ਜ਼ਿਆਦਾ ਪਰੇਸ਼ਾਨ ਕਰਦੇ ਹਾਂ। ਤੋ ਇਸ ਕਰਕੇ ਇਸ ਚੀਜ਼ ਤੋਂ ਬਚਣਾ। ਤੋ ਆਸ ਕਰਦਾ ਆਪ ਜੀ ਨੂੰ ਅੱਜ ਦੇ ਇਸ ਪ੍ਰੋਗਰਾਮ ਵਿੱਚ ਜੋ ਮੈਂ ਦੱਸਣਾ ਚਾਹੁੰਦਾ ਸੀ ਉਹ ਮਿਲਿਆ। ਅੱਜ ਲਈ ਇੰਨਾ ਹੀ, ਜਲਦ ਹਾਜ਼ਰ ਹੋਵਾਂਗਾ ਨਵੀਂ ਵੀਡੀਓ ਨਾਲ। ਤਦ ਤੱਕ ਲਈ ਹੱਕ ਮੁਰਸ਼ਦ, ਸੱਚ ਮੁਰਸ਼ਦ।